ਭਾਰਤ ਵਿੱਚ ਜਦੋਂ ਵੀ ਕੋਈ ਬਿਜ਼ਨਸ ਦੀ ਪੜ੍ਹਾਈ ਕਰਨ ਬਾਰੇ ਸੋਚਦਾ ਹੈ ਤਾਂ ਉਸ ਦੇ ਦਿਮਾਗ ਵਿੱਚ ਪਹਿਲਾ ਨਾਮ ਇੰਡੀਅਨ ਸਕੂਲ ਆਫ ਬਿਜ਼ਨਸ ਦਾ ਆਉਂਦਾ ਹੈ, ਜੋ ਕਿ ਵਿਸ਼ਵ ਦੇ ਟੌਪ 20 MBA ਕਾਲਜਸ ਦੀ ਰੈਂਕਿੰਗ ਵਿੱਚ ਆਉਂਦਾ ਹੈ। ਪੰਜਾਬ ਸਰਕਾਰ ਮੁੜ ਤੋਂ ਹੀ ਸਿੱਖਿਆ ਦੇ ਖੇਤਰ ਵੱਲ ਖਾਸ ਤਵੱਜੋ ਦਿੰਦੀ ਆ ਰਹੀ ਹੈ। ਮੈਨੇਜਮੈਂਟ ਅਤੇ ਹੋਰ ਕਾਲਜਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਅਤੇ ਲੈ ਕੇ ਆ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਵਧੀਆ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾ ਸਕਣ। ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿੱਚ 70 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ 4 ਇੰਸਟੀਟਿਊਟ ਹਨ। ਦ ਮੈਕਸ ਇੰਸਟੀਟਿਊਟ ਆਫ ਹੈਲਥ ਕੇਅਰ ਇੰਸਟੀਟਿਊਟ, ਮੁੰਜਾਲ ਗਲੋਬਲ ਮੈਨੂਫੈਕਚਰਿੰਗ ਇੰਸਟੀਟਿਊਟ, ਭਾਰਤੀ ਇੰਸਟੀਟਿਊਟ ਆਫ ਪਬਲਿਕ ਪਾਲਿਸੀ, ਪੁੰਜ ਲੋਇਡ ਇੰਸਟੀਟਿਊਟ ਆਫ ਫਿਜ਼ੀਕਲ ਇਨਫਰਾਸਟ੍ਰਕਚਰ ਮੈਨੇਜਮੈਂਟ। ਇੰਡੀਅਨ ਸਕੂਲ ਆਫ ਬਿਜ਼ਨਸ ਸਹੂਲਤਾਂ ਵੱਲੋਂ ਸੰਸਾਰ ਦੇ ਵੱਡੇ ਵੱਡੇ MBA ਇੰਸਟੀਟਿਊਟਸ ਨੂੰ ਮਾਤ ਪਾਉਂਦਾ ਹੈ, ਜਿੱਦਾਂ ਕਿ ਡਿਜੀਟਲ ਲਾਇਬ੍ਰੇਰੀ, 500 ਸੀਟਰ ਆਡੀਟੋਰੀਅਮ, ਹਾਈ ਡੈਫੀਨੇਸ਼ਨ ਵੀਡੀਓ ਕਾਨਫਰੰਸਿੰਗ, ਇਨਡੋਰ ਅਤੇ ਆਊਟਡੋਰ ਖੇਡ ਮੈਦਾਨ, ਕੈਫੇ, ਫੂਡ ਕੋਰਟ, ਸਵਿਮਿੰਗ ਪੂਲ, ਜਿਮ ਅਤੇ ਵਿਦਿਆਰਥੀਆਂ ਦੇ ਰਹਿਣ ਦੇ ਲਈ ਸਟੂਡੈਂਟ ਵਿਲੇਜ ਹੈ। ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦਾ ਸਿਹਰਾ ਅਕਾਲੀ ਭਾਜਪਾ ਸਰਕਾਰ ਨੂੰ ਜਾਂਦਾ ਹੈ। ਅੱਗੋਂ ਵੀ ਇਹ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਅਤੇ ਤਰੱਕੀ ਲਈ ਵਚਨਬੱਧ ਹਨ।